ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਐਲਜੀਕੋ ਐਸਟੇਟ ਦੇ ਨਿਵਾਸੀਆਂ ਦੇ ਵੱਲੋਂ ਕਲੋਨੀ ਦੇ ਵਿੱਚ ਆ ਰਹੇ ਗੰਦੇ ਪਾਣੀ ਨੂੰ ਲੈ ਕੇ ਲਗਾਤਾਰ ਵੱਖ ਵੱਖ ਮਹਿਕਮਿਆਂ ਦੇ ਵਿਭਾਗ ਦੇ ਵਿੱਚ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਜਿਸ ਤੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਕੰਪਨੀ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ। ਤਾਂ ਇਸ ਦੇ ਮੱਦੇਨਜ਼ਰ ਹਾਈਕੋਰਟ ਦੇ ਆਦੇਸ਼ਾਂ ਤਹਿਤ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਹੈਲਥ ਵਿਭਾਗ ਸਮੇਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਈਆਂ ਵੱਖ ਵੱਖ ਟੀਮਾਂ ਨੇ ਕਲੋਨੀ ਦੇ ਅੰਦਰ ਆ ਕੇ ਪਾਣੀ ਦੇ ਸੈਂਪਲ ਲਏ ਨੇ ਅਤੇ ਕਿਹਾ ਕਿ ਇਸ ਬਾਬਤ ਉਹ ਸੈਂਪਲਾਂ ਦੀ ਜਾਂਚ ਵੀ ਜ਼ਰੂਰ ਕਰਨਗੇ। ਹਾਂਜੀ, ਇਹ ਜ਼ਰੂਰ ਹੈਗਾ ਜੀ, ਕਿਉਂਕਿ ਇੰਨੀਆਂ ਪ੍ਰੋਬਲਮਾਂ ਨਾ ਹਨ ਜਿੰਨਾ ਇਨਫਰਾਸਟਰਕਚਰ ਕੰਪਨੀ ਵੱਲੋਂ ਸਾਨੂੰ ਮਿਲਿਆ ਹੋਇਆ ਹੈ। ਸਾਡੇ ਗਲਾਡਾਂ ਵੱਲੋਂ ਅਪਰੂਵਲ ਹੈ, ਸਾਰੀ ਹਰ ਚੀਜ਼ ਕਾਨੂੰਨ ਹੋਈ ਦੀ ਹੈ, ਅਤੇ ਉਹਦੇ ਬਾਵਜੂਦ ਵੀ ਇੱਥੇ ਦਾ ਜਿਹੜੀ ਮਿਸਮੈਨੇਜਮੈਂਟ ਕਰਕੇ ਜਿਹੜੀ ਸਾਰੀ ਪ੍ਰੋਬਲਮ ਆਈਆਂ ਹੈ ਜਾਂ ਕਰਪਸ਼ਨ ਅਸੀਂ ਕਹਿ ਸਕਦੇ ਹਾਂ, ਇਹ ਸਾਨੂੰ ਹੁਣ ਕਲੈਰਿਟੀ ਨਹੀਂ ਹੈ, ਅਸੀਂ ਵਿਦਾਊਟ ਫੈਕਟ ਗੱਲ ਨਹੀਂ ਕਰਾਂਗੇ, ਬਟ ਉਹਦੇ ਕਰਕੇ ਹੀ ਸਾਨੂੰ ਜਿਹੜੀ ਰੈਜ਼ੀਡੈਂਟ ਨੂੰ 8 ਸਾਲਾਂ ਤੋਂ ਲਗਾਤਾਰ ਪ੍ਰੋਬਲਮ ਆ ਰਹੀ ਹੈ। ਮੇਨ ਮੇਜਰ ਪ੍ਰੋਬਲਮ ਪੀਣ ਵਾਲਾ ਪਾਣੀ ਨਹੀਂ ਸਾਨੂੰ ਸਾਫ਼ ਪ੍ਰੋਵਾਈਡ ਕਰ ਸਕੇ। ਹੋਰ ਤਾਂ ਕਾਫ਼ੀ ਜ਼ਿਆਦਾ ਇਹਨਾਂ ਦੀ ਕਈ 32 ਕਿੱਲੇ ਜ਼ਮੀਨ ਲਿਖੀ ਸੀ, ਉਹ 'ਚੋਂ 7 ਕਿੱਲੇ ਮੌਜੂਦ ਹੈ, 24-25 ਕਿੱਲੇ ਮੌਜੂਦ ਹੀ ਨਹੀਂ ਹੈ ਜ਼ਮੀਨ, ਇਹ ਗਲਾਡਾ ਦੀ ਰਿਪੋਰਟਾਂ ਕਹਿ ਰਹੀਆਂ, ਪੋਲਿਊਸ਼ਨ ਬੋਰਡ ਦੀ RTI ਕਹਿ ਰਹੀ ਹੈ। ਅਤੇ ਮਤਲਬ ਬਹੁਤ ਜ਼ਿਆਦਾ ਕਰਪਸ਼ਨ ਪਾਈ ਗਈ ਹੈ, 100 ਕਰੋੜ ਤੋਂ ਉੱਪਰਲੇ ਸਾਨੂੰ ਘਪਲੇ ਪਾਏ ਗਏ ਕੰਪਨੀ ਦੇ। ਜਿਸ ਤਰ੍ਹਾਂ ਟਾਈਮ ਬੀਤਦਾ ਗਿਆ ਸਾਨੂੰ ਸਾਡੇ ਫੈਕਟਸ ਮੂਹਰੇ ਆਉਂਦੇ ਗਏ, ਅਤੇ ਉਹਦੇ 'ਤੇ ਹੁਣ ਕਾਰਵਾਈ ਜਿਹੜੀ ਹੈ ਕਾਫ਼ੀ ਸਖਤ ਹੋ ਰਹੀ ਹੈ। ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਅੱਜ ਕਰ ਰਹੀ ਹੈ, ਸਾਡੀ ਜਿਹੜੀ ਗੁਜ਼ਾਰਿਸ਼ ਹੋਈ, ਸ਼ਿਕਾਇਤ ਹੋਈ। ਗੰਦੇ ਪਾਣੀ ਦਾ ਸੀਗਾ ਜੀ, ਪਿੱਛੇ ਸਕੂਲ ਵਾਲੇ ਪਾਸੇ ਗਰਾਊਂਡ ਦੇ ਵਿੱਚ ਸੁੱਟਿਆ ਜਾਂਦਾ ਉਹਦੇ 'ਤੇ ਜੀ, ਸਕੂਲ ਵਾਲੀ ਜਿਹੜੀ ਗਰਾਊਂਡ ਹੈ ਉਹਦੇ 'ਤੇ ਕਾਫ਼ੀ ਇਹਨਾਂ ਨੇ ਪਾਣੀ ਸੁੱਟਿਆ ਸੀ, ਉਹਦੇ 'ਤੇ 11 ਲੱਖ ਪੋਲਿਊਸ਼ਨ ਬੋਰਡ ਵੱਲੋਂ ਜੁਰਮਾਨਾ ਵੀ ਹੋਇਆ ਸੀ ਪਿੱਛੇ, ਅਤੇ ਉਹਦੇ ਵਿੱਚ ਅੱਜ ਵੀ ਕਦੀ ਕਦੀ ਵਿੱਚੋਂ ਵਿੱਚੋਂ ਛੱਡ ਦਿੰਦੇ ਆ ਜਾਂ ਕੁਛ ਹੈ, ਕਿਉਂਕਿ ਇਹਨਾਂ ਕੋਲ ਜਿਹੜੀ 32 ਕਿੱਲੇ ਇਹਨਾਂ ਨੇ ਇਨਵਾਇਰਮੈਂਟ ਕਲੀਅਰੈਂਸ ਲੈਣ ਵੇਲੇ ਜਗ੍ਹਾ ਦੱਸੀ ਗਈ ਸੀ, ਉਹ ਇਹਨਾਂ ਕੋਲ ਮੌਜੂਦ ਹੀ ਨਹੀਂ ਹੈ, ਅਤੇ ਇਹਨਾਂ ਨੂੰ ਮਜਬੂਰਨ ਕਿਤੇ ਨਾ ਕਿਤੇ ਪਾਣੀ ਤਾਂ ਛੱਡਣਾ ਹੀ ਪੈਣਾ ਹੈ। ਹਜੇ ਸਾਡੇ ਅੱਧੇ ਰੈਜ਼ੀਡੈਂਟ ਆਏ ਆ, ਅੱਧੇ ਹੋਰ ਆਉਣੇ ਆ, ਜਦੋਂ ਆਉਣਗੇ ਤਾਂ ਫਿਰ ਪਾਣੀ ਕਿੱਥੇ ਸੁੱਟਾਂਗੇ। ਕੰਪਨੀ ਤਾਂ 31 ਤਰੀਕ ਦਾ ਨੋਟਿਸ ਪਾ ਕੇ ਭੱਜਣ ਜਾ ਰਹੀ ਸੀ ਅੱਜ, ਕਿ ਅਸੀਂ ਮਸਾਂ ਹੀ ਗਲਾਡਾਂ ਨੂੰ ਗੁਜ਼ਾਰਿਸ਼ ਕਰਕੇ ਹਾਈਕੋਰਟ ਤੋਂ ਆਰਡਰ ਲੈ ਕੇ ਇਹ ਰੋਕਿਆ, ਉਹਨਾਂ ਨੇ ਕੱਲ੍ਹ ਆਰਡਰ ਦਿੱਤੇ ਆ ਸਾਨੂੰ ਕਿ ਇਹਨਾਂ ਨੂੰ ਰੋਕਿਆ ਜਾਵੇ, ਅਤੇ ਇਸੇ ਕਰਕੇ ਅਸੀਂ ਸਾਡੀ ਗੁਜ਼ਾਰਿਸ਼ ਇਹੀ ਹੈ ਕਿ ਸਾਨੂੰ ਕਲੋਨੀ ਕੰਪਲੀਟ ਕਰਕੇ ਫਿਰ ਕੰਪਨੀ ਜੇ ਜਾਵੇ ਤਾਂ RW ਬਣਾ ਕੇ ਜਾ ਸਕੇ, ਅਦਰਵਾਈਜ਼ ਨਾ ਜਾਵੇ। ਕਲੀਅਰੈਂਸ ਦਾ ਉਹਨਾਂ ਨੂੰ ਸਰਟੀਫਿਕੇਟ ਮਿਲ ਚੁੱਕਾ, ਕੰਪਲੀਸ਼ਨ ਸਰਟੀਫਿਕੇਟ 2019 'ਚ ਗਲਾਡਾ ਵੱਲੋਂ ਮਿਲ ਗਿਆ ਸੀ, ਉਸ ਤੋਂ ਬਾਅਦ 5 ਸਾਲ ਇਹਨਾਂ ਦੀ ਅੰਡਰਟੇਕਿੰਗ ਫਾਰਮ ਦੇ ਨਾਲ ਇਹਨਾਂ ਨੂੰ ਕੰਪਲਸਰੀ ਸੀ ਇੱਥੇ ਚਲਾਉਣੀ ਜਿਹੜੀ ਮੈਂਟੇਨੈਂਸ ਕਰਨੀ, ਬਟ 5 ਸਾਲ ਪੂਰੇ ਹੋਣ 'ਤੇ ਉਹਨਾਂ ਨੇ ਨੋਟਿਸ ਪਾਤਾ ਸੀ। ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਜਿਹੜਾ ਕੰਪਲੀਸ਼ਨ ਸਰਟੀਫਿਕੇਟ 'ਤੇ ਓਬਜੈਕਸ਼ਨ ਹੈ ਉਹ ਲੱਗਿਆ ਹੋਇਆ, ਰੈਜ਼ੀਡੈਂਟ ਵੱਲੋਂ ਮਾਨਯੋਗ ਹਾਈਕੋਰਟ ਵੱਲੋਂ ਵੀ ਆਰਡਰ ਹੈ ਕਿ ਕੰਪਲੀਸ਼ਨ ਦੀ ਇਨਕੁਆਇਰੀ ਚੱਲ ਰਹੀ ਹੈ, ਅਤੇ ਇਸ ਕਰਕੇ ਇਹਨਾਂ ਨੂੰ ਰੋਕਿਆ ਜਾਵੇ। ਕਿੱਦਾਂ ਪੋਸੀਬਲ ਹੈਗਾ ਵਾ ਕਿ ਕੰਪਲੀਟ ਕੰਪਲੀਟ ਨਾ ਹੋਇਆ ਹੋਵੇ ਕੰਮ? ਔਰ ਉਸਦੀ ਕਲੀਅਰੈਂਸ ਸਰ, ਇਹਦੀ ਵੀ ਸਾਡੀ ਇੱਕ ਚੱਲ ਰਹੀ ਹੈ ਕਿ ਗਲਾਡਾ ਦੀ ਮਿਲੀ ਭਗਤ ਨਾਲ ਜਿਹੜਾ ਵੀ ਕੰਪਲੀਸ਼ਨ ਸਰਟੀਫਿਕੇਟ ਦਿੱਤਾ ਗਿਆ ਸਾਨੂੰ, ਜਿੱਥੋਂ ਤੱਕ ਡਾਊਟ ਸੀ, ਕਿਉਂਕਿ ਅਗਰ ਜਗ੍ਹਾ ਹੀ ਨਹੀਂ ਪੂਰੀ ਹੈ ਤਾਂ ਫਿਰ ਕਿੱਦਾਂ ਕੰਪਲੀਸ਼ਨ ਹੋ ਸਕਦਾ, ਕਲੱਬ ਹੀ ਨਹੀਂ ਬਣਿਆ, ਕਿੱਦਾਂ ਕੰਪਲੀਸ਼ਨ ਹੋ ਸਕਦਾ? ਕਰੋੜਾਂ ਰੁਪਏ ਦੇ ਪ੍ਰੋਜੈਕਟ ਹੈ, 32 ਕਿੱਲੇ ਜ਼ਮੀਨ ਪੋਲਿਊਸ਼ਨ ਬੋਰਡ ਲਿਖ ਕੇ ਦੇ ਰਿਹਾ, ਅਤੇ ਇੱਥੇ ਮੌਜੂਦ 7 ਕਿੱਲੇ ਹੋਣ ਤਾਂ ਕਿੱਦਾਂ ਕੰਪਲੀਸ਼ਨ ਹੋ ਸਕਦਾ? ਤੁਸੀਂ ਕੰਪਲੇਂਟ ਵੀ ਕੀਤੀ? ਹਾਂਜੀ, ਸਾਡੀ ਲਗਾਤਾਰ ਜੀ ਬਹੁਤ ਜ਼ਿਆਦਾ, ਸਾਡੀ ਈਓ ਵਿੰਗ ਵੀ ਗਈ ਹੋਈ ਹੈ ਵਿਜੀਲੈਂਸ ਕੋਲ, ਸਾਡੀ ਗਲਾਡਾ ਕੋਲ ਵੀ ਹੈ, ਪੁੱਡਾ ਕੋਲ ਵੀ ਹੈ, ਸਾਡੀ ਹਾਈਕੋਰਟ ਵੀ ਹੈ, ਸਾਰੇ ਕਿਤੇ ਅਸੀਂ ਰੈਗੂਲਰ ਕੰਪਲੇਂਟਾਂ ਕਹੀਆਂ, ਔਰ ਸਾਰੀਆਂ ਰਿਪੋਰਟਾਂ ਰੈਜ਼ੀਡੈਂਟ ਦੇ ਹੱਕ 'ਚ ਹੈ ਕਿ ਕਲੋਨੀ ਦੇ ਗਲਤ ਕੀਤਾ ਹੋਇਆ, ਜਿਹੜੀ ਬਹੁਤ ਕਮੀਆਂ ਹੈ ਇਹ ਅਸੀਂ ਸਹੀ ਕਹਿ ਰਹੇ ਹਾਂ, ਇਹ ਪ੍ਰੂਵ ਹੋ ਚੁੱਕੀਆਂ ਹੋਈਆਂ ਪ੍ਰੂਫ ਦੇ ਨਾਲ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।